Z5 ऐप डाउनलोड करो ते देखो पूरे एपिसोड बिल्कुल फ्री। ताल दी रिदम कंपटीशन दा जेड़ा चैंपियन बनाए ओदा ना है गीत बेरा बेरा। ओ बल्ले जित गई साडी गीत। देखो डायमंड जी हुण मल्हार नु देखियो किदा रहूगा। हम मल्हार नु छड्डो छोटी भाभी जी, आकाश दी गल करो, ओदा तां गला ही बह गया सी उस दिन चिक्का मारदे मारदे। ਵੇਖਾਂ ਬਾਰ ਬਾਰ ਰਿਪੀਟ ਤੇ ਉਸ ਗੀਤ ਦਾ ਹੀ ਐਪੀਸੋਡ ਦੇਖੀ ਜਾ ਰਹੇ ਨੇ। ਲਓ ਛੋਟੇ ਫੁੱਫੜ ਜੀ, ਲੈ ਆਈ ਹਾਂ ਮੈਂ ਤੁਹਾਡੇ ਚਿੱਕਾ ਮਾਰਨ ਵਾਲੇ ਬੰਦੇ ਨੂੰ। ਪਰ ਕਿਸੇ ਨੂੰ ਮਲਹਾਰੂ ਤੇ ਗੀਤ ਭਾਬੀ ਦੀ ਕੋਈ ਖਬਰ ਹੈ? ਉਹ ਦੋਵੇਂ ਤਾਂ ਗੀਤ ਦੇ ਪਿੰਡ ਗਏ ਨੇ ਨਾ। ਹਾਂਜੀ ਅਰਸ਼ੀ ਬੂਆ, ਪਰ ਅਸੀਂ ਉਹਨਾਂ ਨੂੰ ਫੋਨ ਕੀਤਾ ਸੀ, ਉਹਨਾਂ ਨੇ ਫੋਨ ਨਹੀਂ ਚੱਕਿਆ। ਉੱਥੇ ਠੀਕ ਹੋਵੇ ਬਸ ਸਾਰਾ ਕੁਛ। ਉਹ ਐਵੇਂ ਫਿਕਰ ਨਾ ਕਰੀ ਜਾਓ, ਕੁਛ ਨਹੀਂ ਹੋਣਾ ਉਹਨਾਂ ਨੂੰ। ਉੱਥੇ ਗੀਤ ਦੇ ਪਿੰਡ ਵਾਲਿਆਂ ਨੇ ਗੀਤ ਦੇ ਸਨਮਾਨ ਲਈ ਫੰਕਸ਼ਨ ਰੱਖਿਆ, ਪਰ ਤਾਨਿਆਂ ਦਾ ਫੋਨ ਤਾਂ ਉਹਨਾਂ ਨੇ ਚੁੱਕਿਆ ਨਹੀਂ ਹੈ। ਹੋਰ ਕਿਸੇ ਨਾਲ ਗੱਲ ਹੋਈ ਉਹਨਾਂ ਦੀ? ਨਹੀਂ ਜੇ ਕੇ ਸਾਹਿਬ, ਅਸੀਂ ਸਾਰੇ ਤਾਂ ਇੱਥੇ ਹੀ ਹਾਂ, ਕਿਸੇ ਦੀ ਕੋਈ ਗੱਲ ਨਹੀਂ ਹੋਈ। ਤਾਨੇ ਬੇਟਾ ਇੱਕ ਵਾਰ ਦੁਬਾਰਾ ਫੋਨ ਕਰਕੇ ਦੇਖ, ਪਤਾ ਤਾਂ ਚੱਲੇ ਉਹ ਫੰਕਸ਼ਨ ਵਿੱਚ ਹੀ ਹੈ ਜਾਂ। ਹਾਂਜੀ ਪਾਪਾ, ਹੁਣੇ ਕਰਦੀ ਹਾਂ। ਆਕਾਸ਼ ਰਹਿਣ ਦੇ ਤਾਨੀਆਂ, ਮੇਰੇ ਪੁੱਤ ਦਾ ਫੋਨ ਮੈਨੂੰ ਆਈ ਗਿਆ। ਹੈਲੋ। ਹਾਂ ਮਲਹਾਰ ਬੋਲ, ਮੁੱਕ ਗਿਆ ਫੰਕਸ਼ਨ? ਮੰਮੀ ਜੀ ਗੀਤ ਕੋ ਆਜੀ ਗੀਤ ਕੋ ਆਜੀ ਗੀਤ ਕੋ ਆਜੀ। ਇਹ ਕੀ ਬਕਵਾਸ ਕਰ ਰਿਹਾ ਤੂੰ? ਇਹੋ ਜਿਹਾ ਭੱਦਾ ਮਜ਼ਾਕ ਵੀ ਕਰੀਦਾ ਹੈ? ਸੱਚ ਬੋਲ ਰਹੇ ਮੰਮੀ ਜੀ, ਗੀਤ ਸੱਚੀ ਗਵਾਚ ਗਈ। ਮੈਨੂੰ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ ਪਰ ਗੀਤ ਕਿਤੇ ਹੈ ਹੀ ਨਹੀਂ। ਗੀਤ ਗਵਾਚ ਗਈ ਹੈ? ਕਿੱਥੇ ਗਵਾਚ ਗਈ ਹੈ? ਪਰ ਉਹ ਤਾਂ ਤੇਰੇ ਨਾਲ ਸੀ ਨਾ, ਫਿਰ ਉਹ ਕਿੱਦਾਂ ਗਵਾਚ ਗਈ? ਮੰਮੀ ਜੀ ਉਹ ਮੇਰੇ ਨਾਲ ਹੀ ਸੀ, ਅਸੀਂ ਦੋਵੇਂ ਇੱਕੋ ਕਮਰੇ ਵਿੱਚ ਬੈਠੇ ਸੀ। ਫਿਰ ਅਚਾਨਕ ਮੈਨੂੰ ਏਦਾਂ ਲੱਗਿਆ ਜਿਵੇਂ ਸਾਨੂੰ ਕੋਈ ਲੁਕ ਲੁਕ ਕੇ ਦੇਖ ਰਿਹਾ। ਮੈਨੂੰ ਕਿੰਨਾ ਪਰਛਾਵਾਂ ਜਿਹਾ ਦੇਖਿਆ। ਫਿਰ ਜਦੋਂ ਮੈਂ ਬਾਹਰ ਦੇਖਣ ਵਾਸਤੇ ਗਿਆ ਉਹਨੂੰ, ਵਾਪਸ ਆਇਆ ਤਾਂ ਗੀਤ ਉੱਥੇ ਹੈ ਹੀ ਨਹੀਂ ਸੀ। ਉਹ ਉੱਥੇ ਨਹੀਂ ਤਾਂ ਕਿੱਥੇ ਆ ਫਿਰ ਮਲਹਾਰ? ਪਤਾ ਨਹੀਂ ਮੰਮੀ ਜੀ, ਮੈਂ ਤਾਂ ਗੀਤ ਨੂੰ ਬਹੁਤ ਲੱਭਿਆ ਪਰ ਮੈਨੂੰ ਕਿਤੇ ਵੀ ਨਹੀਂ ਦਿਸ ਰਿਹਾ। ਮੈਂ ਇੱਕ ਮਿੰਟ ਲਈ ਗੀਤ ਤੋਂ ਦੂਰ ਕੀ ਹੋਇਆ, ਉਹ ਮੇਰੀ ਅੱਖਾਂ ਤੋਂ ਦੂਰ ਹੋ ਗਈ। ਤੂੰ ਉਹਨੂੰ ਲੱਭਿਆ ਨਹੀਂ? ਆਸੇ ਪਾਸੇ ਕਿਤੇ ਵੇਖਣਾ ਸੀ, ਉੱਥੇ ਹੋਣੀ ਹੈ, ਜਾਣੀ ਕਿੱਥੇ ਆ ਮਲਹਾਰ? ਸੁਣ ਮਲਹਾਰ, ਉੱਥੇ ਕੁਝ ਅਜੀਬ ਜਿਹਾ ਕੁਛ ਹੋਇਆ ਤਾਂ ਨਹੀਂ ਉੱਥੇ ਕੁਝ? ਹਾਂਜੀ ਮੰਮੀ ਜੀ, ਅਜੀਬ ਗੱਲ ਤਾਂ ਜ਼ਰੂਰ ਹੋਈ। ਮੈਂ ਆਪਣੇ ਨੇੜੇ ਸਿਮੋਨ ਤੇ ਰੌਕੀ ਨੂੰ ਵੀ ਦੇਖਿਆ ਗੀਤ ਦੇ ਪਿੰਡ। ਰੌਕੀ ਸਿਮੋਨ ਗੀਤ ਦੇ ਪਿੰਡ? ਤੂੰ ਉਹਨਾਂ ਨੂੰ ਵੇਖਿਆ? ਆਪਣੀ ਅੱਖੀਂ ਵੇਖਿਆ ਤੂੰ ਉਹਨਾਂ ਨੂੰ? ਹਾਏ ਰੱਬਾ, ਕਿਤੇ ਗੀਤ ਦੇ ਗਵਾਚਣ ਦੇ ਵਿੱਚ ਫੇਰ ਸਿਮੋਨ ਦਾ ਹੱਥ ਨਹੀਂ? ਮੰਮੀ ਜੀ ਮੇਰੇ ਨੇੜੇ ਹੀ ਨੇ, ਮੈਂ ਉਹਨਾਂ ਨੂੰ ਪੁੱਛਿਆ ਵੀ ਪਰ ਨਹੀਂ, ਉਹਨਾਂ ਨੇ ਤਾਂ ਸਾਫ਼ ਮਨਾ ਕਰ ਦਿੱਤਾ ਕਿ ਅਸੀਂ ਗੀਤ ਨੂੰ ਕੁਛ ਨਹੀਂ ਕੀਤਾ। ਫਿਰ ਦੱਸੋ ਮੈਂ ਉਹਨੂੰ ਕੀ ਕਹਿ ਸਕਦਾ? ਮੰਨਦੇ ਨਹੀਂ, ਹੈਗੇ ਉੱਥੇ ਆ, ਮੰਨਦੇ ਨਹੀਂ। ਇੱਦਾਂ ਕਿੱਦਾਂ ਹੋ ਸਕਦਾ ਹੈ? ਜੇ ਉਹਨਾਂ ਨੂੰ ਪਤਾ ਨਹੀਂ ਆ ਤੇ ਪੁੱਛ ਉਹਨਾਂ ਨੂੰ ਕਿ ਆਪਣੀ ਭੂਆ ਨੂੰ ਮਿਲਣ ਗਏ ਨੇ ਉੱਥੇ। ਉਹ ਗੱਲ ਕੀ ਹੋਈ ਜਸਵਿੰਦਰ ਜੀ, ਸਾਨੂੰ ਵੀ ਕੁਝ ਦੱਸੋ। ਠੀਕ ਹੈ ਸਾਹਿਬ, ਮਲਹਾਰ ਕਹਿੰਦਾ ਹੈ ਕਿ ਗੀਤ ਮਿਲ ਨਹੀਂ ਰਹੀ, ਗੀਤ ਗਵਾਚ ਗਈ ਹੈ। ਗੀਤ ਗਵਾਚ ਗਈ ਹੈ ਪਰ ਕਿੱਦਾਂ? ਇਹ ਤਾਂ ਪਤਾ ਨਹੀਂ, ਪਰ ਜੇਕਰ ਸਾਹਿਬ ਉਹ ਕਹਿੰਦਾ ਹੈ ਕਿ ਸਿਮੋਨ ਤੇ ਰੋਕੀ ਉੱਥੇ ਨੇ। ਸਿਮੋਨ ਤੇ ਰੋਕੀ ਕਿੱਥੇ ਪਿੰਡ? ਲਿਆਓ ਮੈਨੂੰ ਫੋਨ ਦਿਓ, ਮੈਂ ਗੱਲ ਕਰਦਾ ਮਲਹਾਰ ਦੇ ਨਾਲ। ਹੈਲੋ ਮਲਹਾਰ। ਵਾਹ ਸਿਮੋਨ, ਬਾਜੀ ਮਾਰੀ ਲਈ ਤੂੰ, ਕੱਢ ਹੀ ਦਿੱਤਾ ਗੀਤ ਵਾਲਾ ਕੰਡਾ। ਉਹ ਨੂੰਹਾਂ ਤੇ ਚੱਲ ਹੋਰ ਵੀ ਘਰਾਂ 'ਚ ਮਰਦੀਆਂ ਹੀ ਨੇ, ਇੱਕ ਮਹਿਰਾ ਪਰਿਵਾਰ ਦੀ ਵੀ ਮਰ ਗਈ, ਚੰਗਾ ਹੀ ਹੋਇਆ। ਉੱਦਾਂ ਵੀ ਇਹ ਗੀਤ ਨਾ ਬੜੀ ਸਖਤ ਜਾਨ ਸੀ, ਨਿਕਲਦੀ ਹੋਈ ਨਹੀਂ ਸੀ ਇਹਦੀ ਜਾਨ। ਹਾਏ ਮੇਰੀ ਗੀਤ ਕਿੱਥੇ ਚਲੇ ਗਈ, ਕਿੱਥੇ ਚਲੇ ਗਈ ਮੇਰੀ ਗੀਤ? ਜੇ ਕੇ ਸਾਹਿਬ ਇੱਕ ਵਾਰ ਚੰਗੀ ਤਰ੍ਹਾਂ ਪੁੱਛੋ ਨਾ ਮਲਹਾਰ ਨੂੰ, ਕਿੱਥੇ ਗੀਤ, ਕਿੱਥੇ ਚਲੇ ਗਈ ਮੇਰੀ ਗੀਤ? ਕੋਈ ਦੱਸਦਾ ਕਿਉਂ ਨਹੀਂ ਉਹਦੇ ਬਾਰੇ, ਕਿੱਥੇ ਗੀਤ? ਗੱਲ ਤਾਂ ਸੁਣ ਲੈ ਮੇਰੇ ਉਹਦੀ, ਚੁੱਪ ਕਰ ਜਾਓ ਤੁਸੀਂ। ਹਾਂ ਮਲਹਾਰ, ਹਾਂ ਦੱਸ ਫਿਰ ਕੀ ਹੋਇਆ? ਚੱਲ ਤੂੰ ਕੰਮ ਕਰ, ਇਹਨਾਂ ਦੋਵਾਂ ਨੂੰ ਲੈ ਕੇ ਇੱਥੇ ਆ ਜਾ, ਜੇ ਲੋੜ ਪਈ ਤਾਂ ਥਾਣੇ ਵਿੱਚ ਰਿਪੋਰਟ ਮੈਂ ਦਿਆਂਗਾ, ਭਾਵੇਂ ਉਹਨਾਂ ਨੂੰ ਅੰਦਰ ਕਰਨਾ ਪਵੇ।
ਭਾਵੇਂ ਆਪਣੇ ਹੱਥੀ ਭੈਂਸਾਂ ਬਾਰ ਬਾਰ ਚੋਣਾਂ ਦੀ ਚਮੜੀ ਕਿਉਂ ਨਾ ਦੇਣੀ ਪਵੇ। ਇਸ ਵਾਰ ਉਹਨਾਂ ਨੂੰ ਮੈਂ ਛੱਡਾਂਗਾ ਨਹੀਂ। ਇਸ ਤਰ੍ਹਾਂ ਦਾ ਕਾਰਾ ਕਰਕੇ ਬਚ ਵੀ ਕਿਵੇਂ ਸਕਦੇ ਨੇ ਚਮਾਉਂਦੇ ਰੋਕੀ। ਕੀ ਕਹਿ ਰਹੇ ਹੋ ਜੇਕੇ ਸਾਹਿਬ ਤੁਸੀਂ? ਇੰਨਾ ਤਾਂ ਖਿਆਲ ਕਰੋ ਕਿ ਰੋਕੀ ਮੇਰਾ ਪਰਿਵਾਰ ਦਾ ਮੁੰਡਾ ਹੈ, ਇਸ ਘਰ ਦਾ ਪੁੱਤਰ ਹੈ ਉਹ, ਤੇ ਸਿਮੋਨ ਸਿਮੋਨ ਇਸ ਘਰ ਦੀ ਨੂੰਹ। ਤੁਸੀਂ ਇਸ ਘਰ ਦੇ ਨੂੰਹ ਪੁੱਤਰ ਦੀ ਚਮੜੀ ਉਧੇੜੋਗੇ? ਤੁਸੀਂ ਉਹਨਾਂ ਨੂੰ ਅੰਦਰ ਕਰਾਓਗੇ? ਨਹੀਂ ਨਹੀਂ ਵੱਡੀ ਭਾਬੀ ਜੀ, ਇਸ ਵੇਲੇ ਇਹਨਾਂ ਗੱਲਾਂ ਦਾ ਕੋਈ ਖਿਆਲ ਨਹੀਂ ਆ ਰਿਹਾ ਵੱਡੇ ਭਾਈ ਸਾਹਿਬ ਨੂੰ। ਇਸ ਵੇਲੇ ਇਹਨਾਂ ਦੇ ਸਿਰ ਤੇ ਸਿਰਫ ਬਦਲੇ ਦਾ ਭੂਤ ਸਵਾਰ ਹੈ, ਕਿਉਂਕਿ ਇਹਨਾਂ ਦੇ ਹਿਸਾਬ ਨਾਲ ਸਿਮੋਨ ਤੇ ਰੌਕੀ ਕਸੂਰਵਾਰ ਨੇ, ਬਸ ਉਹਨਾਂ ਨੂੰ ਸਜ਼ਾ ਦੇਣ ਬਾਰੇ ਸੋਚ ਰਹੇ ਨੇ। ਇਹੀ ਕੁਛ ਚੱਲ ਰਿਹਾ ਬਸ ਇਹਨਾਂ ਦੇ ਦਿਮਾਗ 'ਚ। ਜੇ ਕੋਈ ਕੰਮ ਦੀ ਗੱਲ ਕਰਨੀ ਨਹੀਂ ਆਉਂਦੀ ਤਾਂ ਚੁੱਪ ਰਿਹਾ ਕਰ, ਕਿਉਂ ਫਾਲਤੂ ਬੋਲਦੀ ਰਹਿੰਦੀ ਤੂੰ? ਇੱਥੇ ਕੀ ਗਾਇਬ ਹੋ ਗਈ ਹੈ? ਕਿਉਂ ਤਾਂ ਪਿੰਡ ਵਾਲਿਆਂ ਨੇ ਰੌਕੀ ਤੇ ਸਿਮੋਨ ਨੂੰ ਰੰਗੇ ਹੱਥ ਫੜ ਲਿਆ, ਹੁਣ ਉਹਨਾਂ ਨੂੰ ਅੰਦਰ ਨਾ ਕਰਾਈ ਤਾਂ ਕੀ ਕਰੀਏ ਅਸੀਂ? ਬਲਹਾਸ ਉੱਥੇ ਦੇ ਪੁਲਿਸ ਥਾਣੇ ਵਿੱਚ ਗੱਲ ਕਰਕੇ ਸਾਰਾ ਕੁਝ ਦੱਸ, ਇੱਕ ਵਾਰ ਉਹਨਾਂ ਨੂੰ ਤੂੰ ਇੱਥੇ ਲੈ ਕੇ ਆ ਜਾ, ਬਾਕੀ ਸੁਰਜੀਤ ਨਾਲ ਮੈਂ ਆਪੇ ਗੱਲ ਕਰ ਲੈਣਾ। ਜੀ ਪਾਪਾ। ਸੋਚਣ ਵਾਲੀ ਗੱਲ ਹੈ, ਗੀਤ ਗਈ ਤਾਂ ਮਲਹਾਰ ਦੇ ਨਾਲ ਹੀ ਸੀ ਤੇ ਇੱਥੇ ਮਲਹਾਰ ਵੀ ਤਾਂ ਗੀਤ ਦੇ ਨਾਲ ਹੀ ਹੈ, ਫਿਰ ਅਚਾਨਕ ਗਾਇਬ ਕਿੱਦਾਂ ਹੋ ਗਈ? ਮੈਨੂੰ ਤਾਂ ਲੱਗਦਾ ਇਹ ਸਭ ਕੁਝ ਰੋਕੀ ਤੇ ਸਮੋਨ ਦਾ ਕੀਤਾ ਧਰਿਆ। ਹਾਂ ਪੱਕਾ ਝੂਠ ਬੋਲ ਰਹੇ ਨੇ ਦੋਵੇਂ। ਉਹ ਤੁਸੀਂ ਸਾਰੇ ਜਾਣੇ ਜੱਜ ਕਿਉਂ ਬਣਨ ਲੱਗ ਪਏ ਹੋ? ਹੈ ਤੁਸੀਂ ਉੱਥੇ ਸੀ? ਤੁਸੀਂ ਵੇਖਿਆ ਉਹਨਾਂ ਦੋਵਾਂ ਨੂੰ ਕੁਝ ਕਰਦੇ ਆ? ਨਹੀਂ ਨਾ, ਮੈਨੂੰ ਤਾਂ ਇਹ ਨਹੀਂ ਸਮਝ ਲੱਗਦੀ ਕਿ ਤੁਸੀਂ ਸਾਰੇ ਭੁੱਲ ਕਿਉਂ ਗਏ ਹੋ ਕਿ ਇਸ ਘਰ ਵਿੱਚ ਜਿੱਦਾਂ ਉਹ ਗੀਤ ਇਸ ਘਰ ਦੀ ਨੂੰਹ ਹੈ ਨਾ, ਉਦਾਂ ਸਿਮੋਨ ਵੀ ਇਸ ਘਰ ਦੀ ਨੂੰਹ ਹੀ ਹੈ। Z5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ।